ਸਤਿ ਸ਼੍ਰੀ ਅਕਾਲ ਦੋਸਤੋ ਅਗਲੀ ਕਹਾਣੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਦਾ ਸ਼ੀਸ਼ਕ ਹੈ ਜੀ ਸਬਰ ਦੀ ਹੱਦ ਤੇ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਮੁਸਾਫਿਰ ਘੋੜੀ ਉੱਤੇ ਸਵਾਰ ਹੋ ਕੇ ਕਿਸੇ ਜੰਗਲ ਬਿਆਵਾਨ ਵਿੱਚੋਂ ਲੰਘ ਰਿਹਾ ਸੀ ਉਹ ਕਾਫੀ ਥੱਕ ਗਿਆ ਸੋ ਇੱਕ ਪਹਾੜੀ ਦੀ ਓਟ ਵਿੱਚ ਕਿਸੇ ਦਰਖਤ ਨਾਲ ਆਪਣੀ ਘੋੜੀ ਨੂੰ ਬੰਨ੍ਹ ਕੇ ਉਹ ਆਰਾਮ ਕਰਨ ਲਈ ਲੇਟ ਗਿਆ ਇੱਕ ਤਾਂ ਠੰਡੀ ਹਵਾ ਵਗ ਰਹੀ ਸੀ ਦੂਜਾ ਉਹ ਥੱਕਿਆ ਹੋਇਆ ਸੀ ਸੋ ਨੀਂਦਰ ਨੇ ਆ ਕੇ ਰਿਆ ਤੇ ਕੁਕ ਸੌਂ ਗਿਆ ਉਸੇ ਪਹਾੜੀ ਦੀ ਉਤਰਾਈ ਵੱਲ ਰਤਾ ਕੋ ਇੱਕ ਪਾਸੇ ਇੱਕ ਗੁਫਾ ਸੀ ਜਿੱਥੇ ਇੱਕ ਚੋਰ ਲੁਕ ਛਿਪ ਕੇ ਰਿਹਾ ਕਰਦਾ ਸੀ ਦਰਖਤਰ ਨਾਲ ਵੱਡੀ ਘੋੜੀ ਜਦ ਹਿਣਕੀ ਤਾਂ ਉਸ ਦੀ ਆਵਾਜ਼ ਸੁਣ ਕੇ ਚੋਰ ਗੁਫਾ ਵਿੱਚੋਂ ਆਇਆ ਅਤੇ ਉਸ ਥਾਂ ਤੇ ਪੁੱਜਾ ਜਿੱਥੇ ਘੋੜੀ ਬੱਧੀ ਹੋਈ ਸੀ ਚੋਰ ਨੇ ਮੁਸਾਫਿਰ ਨੂੰ ਸੁੱਤਾ ਵੇਖ ਕੇ ਹੌਲੀ ਜਿਹੇ ਘੋੜੀ ਦੀ ਰੱਸੀ ਖੋਲੀ ਅਤੇ ਉਸ ਨੂੰ ਪੁਚਕਾਰਦਾ ਹੋਇਆ ਗੁਫਾ ਵਿੱਚ ਲੈ ਗਿਆ ਕੁਝ ਦੇਰ ਬਾਅਦ ਮੁਸਾਫਿਰ ਦੀ ਅੱਖ ਖੁੱਲੀ ਤੇ ਦਰਖਤ ਨਾਲ ਬੰਨੀ ਆਪਣੀ ਘੋੜੀ ਨਾਂ ਵੇਖ ਕੇ ਉਹ ਬੜਾ ਪਰੇਸ਼ਾਨ ਹੋਇਆ ਉਸਨੇ ਚਾਰੇ ਪਾਸੇ ਨਜ਼ਰ ਮਾਰੀ ਪਰ ਘੋੜੀ ਉਸਨੂੰ ਕਿਧਰੇ ਨਾ ਵਿਖਾਈ ਦਿੱਤੀ ਅਖੀਰ ਉਹ ਨਿਰਾਸ਼ ਹੋ ਕੇ ਉੱਥੇ ਹੀ ਲੰਮਾ ਪੈ ਗਿਆ ਉੱਪਰੋਂ ਦਿਨ ਢਲਣ ਲੱਗਾ ਪਰ ਮੁਸਾਫਿਰ ਉੱਥੇ ਹੀ ਲਟਿਆ ਰਿਹਾ ਜਦੋਂ ਚੋਰ ਨੇ ਦੇਖਿਆ ਕਿ ਮੁਸਾਫਿਰ ਉੱਥੋਂ ਹਿਲਣ ਦਾ ਨਾ ਹੀ ਨਹੀਂ ਲੈ ਰਿਹਾ ਤਾਂ ਉਹ ਘੋੜੀ ਨੂੰ ਗੁਫਾ ਵਿੱਚ ਹੀ ਛੱਡ ਆਪ ਪੈਦਲ ਪਹਾੜੀ ਰਸਤੇ ਉੱਤੋਂ ਵਲਾ ਮਾਰ ਕੇ ਉੱਥੇ ਪੂਜਾ ਜਿੱਥੇ ਮੁਸਾਫਿਰ ਵਿਸਰਾਮ ਕਰ ਰਿਹਾ ਸੀ ਉੱਥੇ યું ਲੰਗਿਆ ਜਿਉਂ ਉਹ ਕੋਈ ਮੁਸਾਫਿਰ ਹੋਵੇ ਫਿਰ ਉਹ ਮੁਸਾਫਿਰ ਕੋਲੋਂ ਪੁੱਛਣ ਲੱਗਾ ਭਾਈ ਤੂੰ યું ਇੱਥੇ ਲੰਮਾ ਪਿਆ ਹੈ ਉਤੋਂ ਸੂਰਜ ਡੁੱਬਣ ਲੱਗਾ ਹੈ ਤੇ ਤੂੰ ਇੱਥੇ ਕਿਉਂ ਆਰਾਮ ਨਾਲ ਬੈਠਾ ਹੈ ਜਿਵੇਂ ਅੱਗੇ ਜਾਣਾ ਹੀ ਨਹੀਂ ਹੁੰਦਾ ਮੁਸਾਫਿਰ ਉੱਠ ਬਿਠ ਉੱਠ ਬੈਠਾ ਤੇ ਕਹਿਣ ਲੱਗਾ ਭਾਈ ਮੇਰਾ ਪੈਂਡਾ ਖੋਟਾ ਹੋ ਗਿਆ ਮੈਂ ਇੱਥੇ ਕੋੜੀ ਬਣ ਕੇ ਲੇਟਿਆ ਸਾਂ ਕੋਈ ਚੋਰ ਕੋੜੀ ਖੋਲ ਕੇ ਲੈ ਗਿਆ ਪਰ ਮੈਂ ਵੀ ਬੜਾ ਢੀਠ ਹਾਂ ਇੱਥੇ ਹੀ ਲੇਟਿਆ ਰਹਾਂਗਾ ਮੈਂ ਕਈ ਸਾਲ ਤੇ ਕਈ ਰਾਤਾਂ ਲੰਘਾ ਦੇਣੀ ਆ ਅਖੀਰ ਕਦੇ ਤਾਂ ਉਹ ਚੋਰ ਇੱਥੋਂ ਕੋੜੀ ਲੈ ਕੇ ਲੰਗੇਗਾ ਜੇ ਉਹ ਕੋੜੀ ਸੂ ਪਈ ਤਾ ਬਿਛੇਰੀ ਵੱਡੀ ਹੋਣ ਤੱਕ ਮੈਂ ਇੱਥੇ ਹੀ ਉਡੀਕ ਕਰਾਂਗਾ ਫਿਰ ਵੇਖੀ ਜਾਏਗੀ ਕਦੇ ਨਾ ਕਦੇ ਤਾਂ ਚੋਰ ਪਕੜਿਆ ਜਾਏਗਾ ਰਾਤਾ ਇਹੋ ਹੈ ਨਾ ਚੋਰ ਮੁਸਾਫਿਰ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਆਖਣ ਲੱਗਾ ਵਾ ਕੋੜੀ ਲਈ ਇਨੀ ਲੰਮੀ ਊਡੀ ਕਰੇਗਾ ਹੋਰ ਨਹੀਂ ਮੇਰਾ ਸਬਰ ਕਿਸੇ ਡੇਠਾ ਨਹੀਂ ਭਾਈ ਤੂੰ ਕਿਉਂ ਆਪਣਾ ਪੰਧ ਖੋਟਾ ਕਰਦਾ ਤੂੰ ਜਾ ਆਪਣੇ ਰਾਹ ਪੈ ਉਤੋਂ ਰਾਤ ਪੈਂਦੀ ਪਈ ਹੈ ਚੋਰ ਸੋਚਣ ਲੱਗਾ ਕੇ ਮੁਸਾਫਿਰ ਨੇ ਤੱਕ ਕੋੜੀ ਲਏ बगैर ਹਿਲਣਾ ਹੀ ਨਹੀਂ ਜਿਹੜਾ ਕੋੜੀ ਦੇ ਸਹਣ ਪਿੱਛੋਂ ਉਸ ਦੀ ਬੇਚੇਰੀ ਨੂੰ ਪਛਾਣਣ ਦੀ ਆਸਾ ਲਈ ਬੈਠਾ ਹੈ ਉਸ ਦਾ ਸਬਰ ਕੀ ਜਮਾਣਾ ਹੋਇਆ ਚੋਰ ਉਸੇ ਵੇਲੇ ਗੁਫਾ ਵਿੱਚ ਗਿਆ ਤੇ ਕੋੜੀ ਲਿਆ ਕੇ ਮੁਸਾਫਿਰ ਨੂੰ ਦਿੰਦਿਆਂ ਕਹਿਣ ਲੱਗਾ ਲੈ ਭਾਈ ਆਪਣੀ ਚੀਜ਼ ਸੰਭਾਲ ਸਾਡੇ ਵਿੱਚ ਤੇਰੇ ਜਿੰਨਾ ਸਬਰ ਨਹੀਂ ਅਸੀਂ ਤਾਂ ਹੋਰ ਘੜੀ ਦੋ ਘੜੀ ਹੀ ਉਡੀਕ ਕਰ ਸਕਦੇ ਹਾਂ ਤੇਰੀ ਘੋੜੀ ਸਾਨੂੰ ਨਹੀਂ ਪੁੱਜਦੀ ਸਾਵਰ ਦੀ ਕੋਈ ਹੱਦ ਹੁੰਦੀ ਹੈ ਤਾਂ ਐਸੀਗੀ ਜੀ ਅੱਜ ਦੀ ਕਹਾਣੀ ਤੇ ਉਮੀਦ ਕਰਦਾ ਹਾਂ ਜੀ ਕਿ ਤੁਹਾਨੂੰ ਪਸੰਦ ਆਏਗੀ ਜੇਕਰ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ